ਦੋਸਤੋ, ਜੋ ਕਿ ਕਰੋਨਾ ਵਾਇਰਸ ਨੂੰ ਲੈ ਕੇ ਹਰ ਕੋਈ ਆਪਣੇ ਘਰਾਂ ਵਿੱਚ ਬੈਠਾ ਵਾ, ਉਹ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਇੱਥੇ, ਪਰ ਇੱਕ ਇੱਥੇ ਇੱਕ ਲੇਡੀਜ਼ ਆਏ ਨੇ ਅਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਕੱਲ੍ਹ ਮੈਂ ਪੰਪ 'ਤੇ ਡਿਊਟੀ ਕਰ ਰਹੀ ਸੀ, ਜਦੋਂ ਮੈਂ ਜਾ ਰਹੀ ਸੀਗੀ ਅਤੇ ਉਹਨਾਂ ਦਾ ਮੋਬਾਈਲ ਖੋ ਕੇ ਲੈ ਗਏ। ਦੇਖੋ ਕਿੱਡੀ ਇੱਕ ਸ਼ਰਮ ਦੀ ਗੱਲ ਹੈਗੀ ਆ ਕਿ ਚੋਰਾਂ ਨੂੰ ਕੋਈ ਕਰੋਨਾ ਨਾਲ ਡਰਨੀ ਆ, ਉਹਨਾਂ ਨੇ ਆਪਣਾ ਜੋ ਸਿਸਟਮ ਬਣਾਇਆ ਉਹ ਆਪਣੇ ਸਿਸਟਮ ਨਾਲ ਚੱਲਦੇ ਨੇ। ਬਾਕੀ ਅਸੀਂ ਮੈਡਮ ਨਾਲ ਪੂਰੀ ਗੱਲਬਾਤ ਕਰਦੇ ਕਿ ਪੂਰਾ ਮੈਟਰ ਕਿਸ ਤਰ੍ਹਾਂ ਸਾਡੇ ਚੈਨਲ ਨਾਲ ਸਾਂਝਾ ਕਰ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਧਾ ਹੈ, ਮੈਂ ਡਾਵਰ ਫਿਊਲ 'ਚ ਕੰਮ ਕਰਦੀ ਹਾਂ। ਮੈਂ ਜਦੋਂ ਇੱਥੋਂ ਗਈ ਹਾਂ, ਐਮਰਜੈਂਸੀ ਸਾਨੂੰ ਬੁਲਾਇਆ ਜਾਂਦਾ, ਜਦੋਂ ਹੀ ਫੋਨ ਆਉਂਦਾ ਐਮਰਜੈਂਸੀ ਸਾਨੂੰ ਜਾਣਾ ਪੈਂਦਾ ਆ, ਅਤੇ ਮੈਂ ਜਾ ਕੇ ਜਸਟ 5 ਮਿੰਟ ਦਾ ਹੀ ਰਸਤਾ ਸੀਗਾ, ਮੈਂ ਫੋਨ ਜਿੱਦਾਂ ਕੱਢ ਕੇ ਇੱਦਾਂ ਰੱਖਣ ਲੱਗੇ, ਇੱਕਦਮ ਹੱਥੋਂ ਖੋ ਕੇ ਗਏ 2 ਬੰਦੇ ਸੀ ਬਾਈਕ 'ਤੇ, ਫਟਾਫਟ ਉਹਨਾਂ ਦੇ ਪਿੱਛਾ ਵੀ ਕੀਤਾ, ਸ਼ਕਤੀ ਨਗਰ ਦੇ ਮੋੜ 'ਚੋਂ ਨਿਕਲੇ ਆ, ਪਰ ਅੰਦਰ ਜਾ ਕਿਤੇ ਵੀ ਕੋਈ ਪੁਲਿਸ ਦਾ ਕੋਈ ਨਾਕਾ ਨਹੀਂ, ਕੋਈ ਨਹੀਂ, ਕੁਛ ਨਹੀਂ, ਫਿਰ ਚਾਰੇ ਪਾਸੇ ਦੇਖਿਆ ਕਿਤੇ ਨਹੀਂ ਬੰਦੇ ਮਿਲੇ। ਉੱਥੇ ਦੀ ਕੋਈ ਫੋਟੋਜ਼ ਵਗੈਰਾ ਕੈਮਰੇ 'ਚ ਕੋਈ ਦੇਖੀ? ਉੱਥੇ ਵੀ ਕੁਛ ਨਹੀਂ ਆਇਆ, ਉੱਥੇ ਕੁਛ ਨਹੀਂ ਆਇਆ, ਅਤੇ ਪ੍ਰਸ਼ਾਸਨ ਵੱਲੋਂ ਉੱਥੇ ਕੋਈ ਵੀ ਨਾਕਾ ਨਹੀਂ, ਮਾਰਸ਼ਲ ਟੀਮ ਨਾਕਾ ਨਹੀਂ, ਕੁਛ ਨਾਕਾ ਨਹੀਂ ਹੈ। ਅਤੇ ਤੁਸੀਂ ਇਸ ਬਾਰੇ ਆਪਣੇ ਸੁਨੇ ਡਾਵਰ ਜੀ ਨਾਲ ਗੱਲਬਾਤ ਕੀਤੀ? ਹਾਂ, ਸਰ ਨਾਲ ਗੱਲ ਹੋਈ ਸੀ, ਉਹ ਕਹਿ ਰਹੇ ਸੀ ਕਰੇ ਆਪਾਂ ਐਕਸ਼ਨ ਲਵਾਂਗੇ ਕੋਈ ਨਾ ਕੋਈ, ਬਈ ਇਹਨਾਂ ਵਾਸਤੇ ਵੀ, ਕਿਉਂਕਿ ਕੁਛ ਨਾ ਕੁਛ ਤਾਂ ਉੱਥੇ ਚਾਹੀਦਾ ਸੀਗਾ, ਕੁਛ ਨਹੀਂ ਸੀ, ਸਿਰਫ ਆਮ ਬੰਦੇ ਜਿਹੜੇ ਨਾਕਾ ਲਗਾ ਕੇ ਬੈਠੇ ਬੈਠੇ ਬਸ, ਅਦਰਵਾਈਜ਼ ਕੋਈ ਨਹੀਂ ਸੀ। ਅਤੇ ਤੁਸੀਂ ਇਹ ਸਿਮ ਬੰਦ ਕਰਾ ਚੁੱਕੇ ਇਸ ਵੇਲੇ? ਨਹੀਂ, ਸਿਮ ਨਹੀਂ ਬੰਦ ਕਰਵਾਇਆ, ਮੈਂ ਹੁਣ ਜਾ ਰਹੀ ਹਾਂ ਸਿਮ ਬੰਦ ਕਰਵਾਉਣ ਵਾਸਤੇ। ਦੇਖੋ ਜੀ, ਕਿੱਡੀ ਕੁ ਬੇਸ਼ਰਮੀ ਦੀ ਗੱਲ ਕਹਿ ਸਕਦੇ ਆਪਾਂ ਕਿ ਇਹੋ ਜਿਹੇ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆ ਰਹੀ ਕਿ ਇੱਕ ਲੜਕੀ ਘਰੋਂ ਇੱਕ ਮਜਬੂਰੀ ਨਾਲ ਜਾ ਰਹੀ ਹੈ, ਕਿਉਂਕਿ ਕਰੋਨਾ ਦੇ ਵਿੱਚ ਘਰ ਘਰ ਬੈਠਣ ਦੀ ਜ਼ਰੂਰਤ ਕਿ ਦੱਸਿਆ ਜਾ ਰਿਹਾ, ਪਰ ਇੱਕੋ ਵਿਚਾਰੀ ਕੰਮ ਕਰ ਰਹੀ ਪੈਟਰੋਲ ਪੰਪ 'ਤੇ ਕੰਮ ਕਰ ਰਹੇ ਆ, ਅਤੇ ਤੁਸੀਂ ਇਹ ਨਹੀਂ ਦੇ ਇਸ ਇਹੋ ਜਿਹੇ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਕਿ ਇੱਕ ਲੇਡੀਜ਼ ਜੋ ਕਿ ਆਪਣੀ ਡਿਊਟੀ ਸਮਝ ਕੇ ਆਪਣੀ ਡਿਊਟੀ ਨਿਭਾ ਰਹੀ ਹੈ, ਅਤੇ ਇਹੋ ਜਿਹੇ ਲੋਕ ਕਿਉਂ ਇਸ ਤਰ੍ਹਾਂ ਇਹੋ ਜਿਹੇ ਮਤਲਬ ਕਿ ਕ੍ਰਾਈਮ ਨੂੰ ਪਹਿਲ ਦਿੰਦੇ ਨੇ? ਅਤੇ ਪ੍ਰਸ਼ਾਸਨ ਆਪਣੇ ਵੱਲੋਂ ਤਾਂ ਪੂਰੀ ਚੌਕਸੀ ਵਧਾ ਰਿਹਾ ਵਾ, ਪਰ ਕਿਉਂਕਿ ਜਿਹੜੇ ਚੋਰ ਹੁੰਦੇ ਉਹਨਾਂ ਨੇ ਆਪਣੇ ਰਸਤਾ ਬਣਾ ਲੈਣਾ, ਤਾਂ ਬਾਕੀ ਗੱਲ ਸੱਚ ਹੈ ਕਿ ਆਪਣੀ ਜੋ ਵੀ ਉਹਨਾਂ ਨੇ ਕਰਨਾ ਉਹ ਕਰ ਲੈਂਦੇ ਨੇ, ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਰ ਕਿ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ ਕਿ ਦੇਖੋ ਇੱਕ ਲੇਡੀਜ਼ ਆ ਜੋ ਕਿ ਮੋਬਾਈਲ ਖੋ ਕੇ ਲੈ ਗਿਆ, ਹੋ ਸਕਦਾ ਕੱਲ੍ਹ ਕੋਈ ਹੋਰ ਐਮਰਜੈਂਸੀ ਕਾਲ ਆ ਜਾਵੇ ਅਤੇ ਹੋਰ ਵੀ ਉੱਥੇ ਵਾਕਿਆ ਹੋ ਸਕਦਾ ਵਾ, ਤਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੜੇ ਸ਼ਰਾਰਤੀ ਅੰਸਰ ਘੁੰਮ ਰਹੇ ਨੇ ਉਹ ਇੱਕ ਡੋਰ ਨੂੰ ਜਿਹੜਾ ਦੱਸਿਆ ਜਾ ਰਿਹਾ ਕਿ ਡੋਰ ਨੂੰ ਜਿਹੜਾ ਚਲਾਇਆ ਗਿਆ ਪ੍ਰਸ਼ਾਸਨ ਵੱਲੋਂ, ਅਤੇ ਉਹਨਾਂ ਦੀ ਥੋੜ੍ਹੀ ਨਿਗਰਾਨੀ ਏਰੀਏ ਵਿੱਚ ਕੀਤੀ ਜਾਵੇ, ਤਾਂ ਕਿਉਂਕਿ ਲੋਕ ਇਸ ਗੱਲ ਤੋਂ ਅਵੇਅਰਨੈਸ ਨਹੀਂ ਹੈ, ਉਹ ਬਾਹਰ ਘੁੰਮਦੇ ਨਜ਼ਰ ਆ ਰਹੇ ਨੇ, ਅਤੇ ਹੁਣ ਅਸੀਂ ਆਪਣੇ ਚੈਨਲ ਰਾਹੀਂ ਅਮੇਜ਼ਿੰਗ ਚੈਨਲ ਰਾਹੀਂ ਜੋ ਆ ਉਹ ਸਾਹਮਣੇ ਲੈ ਕੇ ਆਵਾਂਗੇ, ਅਤੇ ਤੁਸੀਂ ਦੇਖਦੇ ਰਹੋ ਅਮੇਜ਼ਿੰਗ ਟੀਵੀ, ਅਤੇ ਮੈਂ ਤੁਹਾਡਾ ਆਪਣਾ ਸਾਹਿਲ ਮਹਿਰਾ, ਕੈਮਰਾਮੈਨ ਸੋਨੂ ਨਾਲ, ਧੰਨਵਾਦ ਜੀ, ਸ਼ੁਕਰੀਆ।